पैर माहे सोहंदिया हार पेर संग बैठड़िया तिन की शोभा क्या गनी जे साहेब मेलड़िया तन मन मौले आराम स्यों संग साध सहे लड़िया साध जना ते बाहरी से रहन इके लड़िया तिन दुख न कब हूँ उत्तर से जम के वस पड़िया जिनी रावया प्रभ आपना से दिसन नित खड़िया रतन जवे हर लाल हर कंठ तिना जड़िया नानक बांछे तूड़ तिन प्रभ सरनी दार पड़िया मंगेर प्रभ आराधना बहुड़ न जनमड़िया वाहेगुरु जी का खालसा वाहेगुरु जी की फतेह। सतगुरां दी पावन पवित्र हजूरी विच जुड़ बैठे सत संगी जनों अज मगर महीने की संगरांद का दिहाड़ा है ते मगर दे महीने का जो पावन शब्द आप जी ने हुने श्रवण किया है गुरु अर्जुन देव सतगुरां दी मुबारक रसना तो उचारिया ये शब्द साहब सतगुरां दे मुबारक अंग 135 दे उपर दर्ज है ते इस बाणी दा सिरलेख है 12 माह ते ए बाणी राग माज दे अंदर दर्ज है। सतगुरु कृपा करन रहमत करन अज दे इस महीने दे अंदर जो पावन उपदेश इस शब्द दी राही सानू बख्शिश कीता है उस पावन उपदेश नू आपां अज विचारना है। सतगुरु कृपा करन विचारां दी आरंभता तो पहला करो गुरफते दी सांझ वाहे गुरु जी का खालसा वाहेगुरु जी की फतेह। अज दा ये पावन शब्द इस शब्द दे अंदर मेरे साहब सच्चे पातशाह जी ने उना जीव इस्त्रियां दा जिक्र कीता जिना जीव इस्त्रियां दा मिलाप उस वाहेगुरु पति दे नाल हो गया है जिन्ना ने अपने जीवन दे अंदर इस गल नू समझ लिया है कि असल आनंद जिहड़ा है ना वह पति परमेश्वर दे नाल बैठिया ही है। असल जिहड़ी शोभा है असल जिहड़ी वडियाई है जिहड़ी रहमत है जिहड़ी बख्शिश है जिहड़ी कृपा है उस परमात्मा पति दी संगत दे अंदर ही है। तो सच्चे पातशाह जी ने अज यह भी बोल कह दिता कहिंदे पहली गल तो उही जीव इस्त्रियां शोभदियां हन जिहड़ियां पिर दे नाल बैठियां हन ते नाले बचन भी आख्या कहिंदे उहनां दी शोभा उहनां दी वडियाई दी कोई गिनती मिनती नहीं है। जे कोई कहे कि किन्नी कु शोभा उहनां दी किन्नी कु वडियाई उहनां दी उह कोई गिनती मिनती दे अंदर नहीं किन्नां दी जिन्हां नूं साहिब ने अपने नाल आप मेल लिया है जिन्हां नूं आप मेल लिया। पहली पंक्ति दे अंदर रहमत कीती कहिंदे मंगेर माहे सोहंदियां मगर दे महीने दे अंदर आ मगर दा महीना अज आरंभ होया है मगर दे महीने दे अंदर मंगेर माहे सोहंदियां इस महीने विच उही सोहंदियां ने शोभदियां हन
ਕਿਹੜੀਆਂ ਹਰ ਪਿਰ ਸੰਗ ਬੈਠੜੀਆਂ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਸ਼ੋਭਦੀਆਂ ਨੇ ਜਿਹੜੀਆਂ ਹਰ ਪਿਰ ਸੰਗ ਬੈਠੜੀਆਂ ਨੇ, ਜਿਹੜੀਆਂ ਆਪਣੇ ਪਤੀ ਦੇ ਨਾਲ ਬੈਠ ਗਈਆਂ, ਜਿਨ੍ਹਾਂ ਨੇ ਸੰਗ ਕਰ ਲਿਆ ਵਾਹਿਗੁਰੂ ਦਾ, ਪਰਮੇਸ਼ਰ ਦਾ, ਗੁਰੂ ਦਾ, ਜਾਂ ਜਿਹੜੀਆਂ ਸੱਤ ਸੰਗਤ ਦੇ ਅੰਦਰ ਆ ਕੇ ਜੁੜ ਗਈਆਂ। ਪਾਤਸ਼ਾਹ ਨੇ ਆਖਿਆ ਉਹੀ ਸ਼ੋਭਦੀਆਂ ਨੇ, ਮੰਗਰ ਮਾਹੇ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ। ਫਿਰ ਕਹਿੰਦੇ ਤਿੰਨ ਕੀ ਸ਼ੋਭਾ ਕਿਆ ਗਣੀ, ਗਣੀ ਗਿਣਤੀ ਮਿਣਤੀ। ਅਸਲ ਦੇ ਅੰਦਰ ਉਹਨਾਂ ਦੀ ਸ਼ੋਭਾ ਦੀ ਕੋਈ ਗਿਣਤੀ ਮਿਣਤੀ ਨਹੀਂ ਹੈ। ਫਿਰ ਤਿੰਨ ਕੀ ਸ਼ੋਭਾ ਕਿਆ ਗਣੀ ਕੌਣ, ਕਹਿੰਦੇ ਜੇ ਸਾਹਿਬ ਮੇਲੜੀਆਂ, ਮੇਲੜੀਆਂ ਜਿਨ੍ਹਾਂ ਨੂੰ ਮੇਲ ਲਿਆ ਆਪਣੇ ਨਾਲ, ਜਿਨ੍ਹਾਂ ਨੂੰ ਉਸ ਸਾਹਿਬ ਨੇ, ਉਸ ਪਤੀ ਨੇ, ਵਾਹਿਗੁਰੂ ਨੇ ਆਪਣੇ ਨਾਲ ਮੇਲ ਲਿਆ, ਉਹਨਾਂ ਦੀ ਸ਼ੋਭਾ ਦੀ ਗਿਣਤੀ ਮਿਣਤੀ ਨਹੀਂ। ਪਰ ਇੱਕ ਗੱਲ ਸਮਝਣੀ ਪਏਗੀ, ਪਹਿਲੀ ਪੰਕਤੀ ਦੇ ਅੰਦਰ ਆਖਿਆ ਉਹ ਜਿਹੜੀਆਂ ਪਿਰ ਸੰਗ ਬੈਠੜੀਆਂ ਨੇ, ਕਿਉਂਕਿ ਮੇਲਿਆ ਤਾਂ ਉਹਨਾਂ ਨੂੰ ਜਾਏਗਾ ਨਾ ਜਿਹੜੀਆਂ ਨਾਲ ਆ ਕੇ ਬੈਠ ਗਈਆਂ, ਜਿਹੜੀਆਂ ਪਿੱਠ ਵਿਖਾ ਕੇ ਪਾਸੇ ਹੋ ਗਈਆਂ, ਜਿਨ੍ਹਾਂ ਆਪਣਾ ਮੂੰਹ ਮੋੜ ਲਿਆ। ਮੈਂ ਹਰ ਵਾਰੇ ਬੇਨਤੀ ਕਰਦਾ, ਜੀਵ ਇਸਤਰੀ ਦਾ ਭਾਵ ਸਿਰਫ ਔਰਤ ਨਹੀਂ, ਫੀਮੇਲ ਨਹੀਂ। ਜਦੋਂ ਜੀਵ ਇਸਤਰੀ ਦੀ ਗੱਲ ਬਾਣੀ ਦੇ ਅੰਦਰ ਆਉਂਦੀ, ਉਦੋਂ ਅਸੀਂ ਸਾਰੇ ਹਾਂ ਉੱਥੇ, ਅਸੀਂ ਵੀ ਉਸ ਪਰਮਾਤਮਾ ਦੀ ਜੀਵ ਇਸਤਰੀ ਹਾਂ, ਕਿਉਂਕਿ ਇਸ ਜਗ ਮਹਿ ਪੁਰਖ ਏਕ ਹੈ। ਬਾਣੀ ਨੇ ਆਖਿਆ ਇਸ ਜਗਤ ਦੇ ਅੰਦਰ ਮਰਦ ਸਿਰਫ ਇੱਕੋ ਏ, ਇੱਕੋ ਮਰਦ ਹੈ, ਉਹ ਹੈ ਵਾਹਿਗੁਰੂ ਪਰਮਾਤਮਾ, ਅਤੇ ਬਾਕੀ ਆਪਾਂ ਸਾਰੇ ਉਸ ਵਾਹਿਗੁਰੂ, ਉਸ ਮਰਦ ਪਰਮਾਤਮਾ ਦੀਆਂ ਔਰਤਾਂ ਹਾਂ, ਜੀਵ ਇਸਤਰੀਆਂ ਆਪਾਂ ਸਭ ਹਾਂ। ਇੱਕ ਉਹ ਹਨ ਜਿਹੜੀਆਂ ਨਾਲ ਆ ਕੇ ਬੈਠ ਗਈਆਂ, ਉਹਨਾਂ ਨੂੰ ਮੇਲ ਲਿਆ, ਅਤੇ ਜੇ ਦੂਜੇ ਪਾਸਿਓਂ ਅਸੀਂ ਕਹੀਏ ਕਿ ਹਾਂ ਮਿਲਣੀਆਂ ਤਾਂ ਉਹੀ ਸਨ, ਉਹ ਕਿਵੇਂ ਮਿਲ ਸਕਦੀਆਂ ਨੇ ਜਿਹੜੀਆਂ ਪਿੱਠ ਕਰਕੇ ਬੈਠ ਗਈਆਂ, ਉਹ ਕਿਵੇਂ ਮਿਲ ਸਕਦੀਆਂ ਨੇ ਜਿਨ੍ਹਾਂ ਨੇ ਮੂੰਹ ਦੂਜੇ ਪਾਸੇ ਮੋੜ ਲਿਆ, ਉਹ ਕਿਵੇਂ ਮਿਲ ਸਕਦੀਆਂ ਨੇ ਜਿਨ੍ਹਾਂ ਨੇ ਗੁਰੂ ਦੇ ਬਚਨਾਂ ਨੂੰ ਸੁਣਿਆ ਤਾਂ ਜ਼ਰੂਰ, ਪਰ ਸੁਣਨ ਤੋਂ ਬਾਅਦ ਉਹਨਾਂ ਨੂੰ ਮੰਨਿਆ ਹੀ ਨਹੀਂ, ਉਹਨਾਂ ਦੇ ਉੱਪਰ ਅਮਲ ਹੀ ਨਹੀਂ ਕੋਈ ਕੀਤਾ। ਉਹ ਬੈਠੀਆਂ ਥੋੜ੍ਹੀ ਹੋਣਗੀਆਂ ਨਾਲ, ਨਾਲ ਬੈਠੀਆਂ ਦਾ ਅਰਥ ਇਹ ਨਹੀਂ ਹੈ। ਵੇਖੋ ਮੈਂ ਇੱਕ ਸੰਸਾਰਿਕ ਉਦਾਹਰਣ ਤੁਹਾਡੇ ਸਾਹਮਣੇ ਪਹਿਲਾਂ ਰੱਖਾਂ। ਜੇ ਇੱਕ ਔਰਤ ਆਪਣੇ ਪਤੀ ਦੇ ਨਾਲ ਬੈਠੀ ਹੈ, ਇੱਕ ਔਰਤ ਬੈਠੀ ਹੈ, ਅਤੇ ਬਾਹਰਲਾ ਸੰਸਾਰ ਵੇਖ ਕੇ ਕਹੇਗਾ ਕਿ ਹਾਂ ਵੇਖੋ ਦੋਨੋਂ ਜੀ ਨੇ ਕਿੰਨੀ ਸ਼ੋਭਾ ਪਾ ਰਹੇ ਨੇ, ਕਿੰਨੇ ਸੋਹਣੇ ਲੱਗਦੇ ਨੇ, ਆਮ ਸੰਸਾਰ ਇਹ ਗੱਲ ਕਹਿੰਦਾ ਹੈ। ਪਰ ਘਰ ਵਾਲਿਆਂ ਨੂੰ ਤਾਂ ਪਤਾ ਹੈ ਕਿ ਉਹ ਆਪਣੇ ਪਤੀ ਦੀ ਕਿੰਨੀ ਕੁ ਗੱਲ ਮੰਨਦੀ ਹੈ, ਨਹੀਂ ਮੰਨਦੀ, ਜਾਂ ਕੀ ਉਹਦੀ ਹਾਲਤ ਕਰਦੀ ਹੈ, ਜਾਂ ਕੀ ਨਹੀਂ ਕਰਦੀ। ਇੱਥੇ ਸੰਸਾਰਿਕ ਤੌਰ ਦੀ ਗੱਲ ਨਹੀਂ ਹੈ, ਉੱਥੇ ਤਾਂ ਆਂਢੀਆਂ ਗੁਆਂਢੀਆਂ ਨੂੰ ਪਤਾ ਹੋਏਗਾ, ਰਿਸ਼ਤੇਦਾਰਾਂ ਨੂੰ ਪਤਾ ਹੋਏਗਾ, ਅਤੇ ਬਾਕੀ ਸੰਸਾਰ 'ਤੇ ਕਹਿੰਦਾ ਹੋਏਗਾ ਨਾ ਵੀ ਇਹ ਇਸਤਰੀ ਬੜੀ ਚੰਗੀ ਹੈ, ਬੈਠੀ ਆਪਣੇ ਪਤੀ ਦੇ ਨਾਲ। ਪਰ ਸੱਚੇ ਪਾਤਸ਼ਾਹ ਕਹਿੰਦੇ ਇੱਥੇ ਸਿਰਫ ਵਿਖਾਵਾ ਨਹੀਂ ਹੈ, ਇਹ ਵੀ ਅਸੀਂ ਸਮਝਣਾ, ਇੱਥੇ ਵਿਖਾਵਾ ਨਹੀਂ ਹੈ। ਇੱਥੇ ਤਾਂ ਪਾਤਸ਼ਾਹ ਕਹਿੰਦੇ ਉਹ ਸ਼ੋਭਾ ਪਾਉਂਦੀਆਂ ਨੇ, ਮੰਗਰ ਮਾਹੇ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ, ਤਿੰਨ ਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ। ਅੱਗੇ ਕਹਿੰਦੇ ਤਨ ਮਨ ਮੌਲਿਆ ਰਾਮ ਸਿਉਂ, ਉਹਨਾਂ ਦਾ ਤਨ ਅਤੇ ਮਨ ਮੌਲਿਆ ਗਿਆ ਰਾਮ ਦੇ ਨਾਲ, ਵਾਹਿਗੁਰੂ ਦੇ ਨਾਲ। ਪਰ ਕਿਵੇਂ? ਸੰਗ ਸਾਧ ਸਹੇਲੜੀਆਂ, ਜਦੋਂ ਉਹ ਸੰਗ ਸਾਧ ਸਹੇਲੜੀਆਂ ਕਿਹੜੀਆਂ ਸਹੇਲੀਆਂ ਦੇ ਨਾਲ ਜਾ ਕੇ ਬੈਠੀਆਂ, ਸਾਧ ਸੰਗਤ ਰੂਪੀ ਸਹੇਲੀਆਂ ਨਾਲ, ਜਿੱਥੇ ਆਪ ਜੀ ਬੈਠੇ। ਕਿਉਂਕਿ ਬਾਣੀ ਤਾਂ ਕਹਿੰਦੀ ਹੈ ਨਾ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਪਰਮਾਤਮਾ ਸੰਗਤ ਦੇ ਵਿੱਚ ਵੱਸਦਾ ਹੈ, ਪਰਮਾਤਮਾ ਦਾ ਟਿਕਾਣਾ ਜਿਹੜਾ ਹੈ ਨਾ ਉਹ ਸੰਗਤ ਦੇ ਅੰਦਰ ਹੈ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਅਸੀਂ ਪਰਮਾਤਮਾ ਨੂੰ ਲੱਭਦੇ ਹਾਂ, ਬੜੀਆਂ ਥਾਵਾਂ 'ਤੇ ਖੋਜਦੇ ਹਾਂ, ਪਰ ਨਹੀਂ, ਕਹਿੰਦੇ ਉਹ ਇੱਥੇ ਹੀ ਹੈ ਸੱਤ ਸੰਗਤ ਦੇ ਅੰਦਰ, ਬਸ਼ਰਤੇ ਉੱਥੇ ਸੱਤ ਸੰਗੀ ਬੈਠੇ ਹੋਣ। ਕਿਉਂਕਿ ਜਦੋਂ ਸੰਗਤ ਦੀ ਗੱਲ ਆਉਂਦੀ ਹੈ ਨਾ ਇੱਥੇ, ਤਾਂ ਬਾਣੀ ਨੇ ਸਿਰਫ ਕਹਿ ਦਿੱਤਾ ਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਸੱਤ ਸੰਗਤ ਵਿੱਚ। ਕਿਉਂਕਿ ਜਦੋਂ ਸੰਗਤ ਦੀਆਂ ਐਗਜ਼ੈਂਪਲਸ ਆਈਆਂ ਨਾ ਬਾਣੀ ਵਿੱਚ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਇਹ ਗੱਲ ਕਹੀ, ਕਹਿੰਦੇ ਭਲੇ ਉਹ ਸੰਗਤ ਬੜੇ ਤਰ੍ਹਾਂ ਦੀ ਹੁੰਦੀ ਹੈ, ਕਾਹੂ ਦਿਸ਼ਾ ਕੋ ਪਵਨ ਗਵਨ ਕੈ ਵਰਖਾ ਹੈ, ਉਦਾਹਰਣਾਂ ਉਹਨਾਂ ਦਿੱਤੀਆਂ। ਕਾਹੂ ਦਿਸ਼ਾ ਕੋ ਪਵਨ ਗਵਨ ਕੈ ਵਰਖਾ ਹੈ, ਕਾਹੂ ਦਿਸ਼ਾ ਕੋ ਪਵਨ ਬਾਦਲ ਬਿਲਾਤ ਹੈ, ਹਵਾ ਇੱਕ ਹੈ। ਹੁਣ ਕੋਈ ਕਹੇਗਾ ਕਿ ਹਵਾ ਦੇ ਵਿੱਚ ਥੋੜ੍ਹੀ ਕੋਈ ਡਿਫਰੈਂਸ ਹੋ ਸਕਦਾ ਹੈ, ਹਵਾ ਕਈ ਤਰ੍ਹਾਂ ਦੀਆਂ ਥੋੜ੍ਹਾ ਹੋਣਗੀਆਂ, ਅਸੀਂ ਕਹਿੰਦੇ ਹਵਾ ਇੱਕ ਹੀ ਹੈ, ਭਾਈ ਸਾਹਿਬ ਕਹਿੰਦੇ ਨਹੀਂ, ਹਵਾ ਇੱਕ ਹੈ, ਪਰ ਉਹਦੇ ਕੰਮ ਬੜੇ ਵੱਖ ਵੱਖ ਨੇ। ਇੱਕ ਪਾਸੇ ਤੋਂ ਹਵਾ ਚੱਲੀ ਅਤੇ ਬੱਦਲਾਂ ਨੂੰ ਆਪਣੇ ਨਾਲ ਲੈ ਕੇ ਆ ਗਈ,
उन्हें मौसम बड़ा सुहावना कर दिता, वर्खा हुई, बरसात हुई। कहिंदे दूजे पासे तो हवा चली तो उन्हें बदलों नूं अपने नाल खिच के लै गई, पासे लै गई। हवा एक ही है ना, काम दो करती है। बदल आउंदे ने गर्मियां दे विच, असीं बड़े खुश हुंदे आ कि बदल आ गए, बरसात होएगी, मीह पएगा, ठंडक होएगी, मौसम ठंडा होएगा। पर थोड़ी देर बाद नेरी चलदी, हवा चलदी तो उन्हें बदलों नूं अपने नाल लै जांदी है। भाई साहब कहिंदे जिवें बदल वाहिगुरु, जिवें हवा एक है, पर हवा दे काम वख वख ने। काहू दिशा को पवन गवन कै बरखा है, काहू दिशा को पवन बादल बिलात है। अगली उदाहरण उन्हें दिती, कहिंदे काहू जल पान की है, रहत अरोग देही। हुण असीं कहांगे कि पानी तो एक ही है, पानी एक है, पर भाई साहब कहिंदे पानी एक है, पर पानी के काम तुहानूं दसदे आ की आ। जे तो पानी झरने का मिल गया, चश्मे का मिल गया, साफ मिल गया, उन्होंने पीते अंदरों बीमारियां खत्म हो जाएगियां। तो जे पानी दूषित मिल गया तो उन्हों पीते बीमारियां होर अंदरों बढ़ जाएगियां। पानी तो एक है ना, पानी के काम वेखो, पानी के काम वख वख हो गए ना। काहू जल पान की है, रहत अरोग देही, काहू जल पान व्यापै पृथा बिललात है। तीजी उदाहरण भाई साहब ने दिती अग की, यह बड़ी कमाल की उदाहरण है बीबिया भैणा वास्ते। खास करके कहिंदे अग एक है, असीं कहिंदे ना अग तो एक ही है, अग दे कोई रूप वक्खो वक्ख थोड़ी हो सकते हैं। भाई गुरदास जी कहिंदे कहिंदे अग एक है, पर जे अग नूं रसोई दे अंदर बालिया जाए तो 36 तरह के पदार्थ बनाउंदी है। अग अग तो एक ही है ना, रसोई दे अंदर चुल्हे ते बाली गई, स्टोव ते बाली गई, गैस जिहड़ी है वह बाली गई, वह पदार्थ बनाएगी, प्रशादे बनाएगी। पर जे उही अग बेकाबू होके घर नूं लग गई तो घर साड़ के भी सवा कर देगी। अग तो एक ही है, काहू ग्रह की अगन पाक साक सिद्ध करै। पाक साक प्रशादे रसोई वैसे दा अर्थ बनता है। काहू ग्रह की अगन पाक साक सिद्ध करै, ते नाल कहिंदे काहू ग्रह की अगन भवन जरात है, भवन घर। अग रसोई विच ते पदार्थ बन रहे आ, अग बेकाबू होगी तो उन्हें घर ही साड़ के सुवाह कर दिता। काहू ग्रह की अगन पाक साक सिद्ध करै, काहू ग्रह की अगन भवन जरात है। ते अखीर ते जाके तीन उदाहरण दे के अखीर ते समझाया, कहिंदे काहू की संगत मिल जीवन मुक्त होत। एक संगत है जिहदे नाल जीवन मुक्त हो जाएगा। सुनियो, संगत दे नाम ते एक ही है ना संगत। काहू की संगत मिल, असी वेखो एक शब्द वरतदे हाँ, असी कह दें भी मुंडे की संगत माड़ी हो गई। शब्द तो संगत ही है ना, मुंडे की संगत माड़ी हो गई। जां इह शब्द वरत्या जांदा भी साडा मुंडा बड़ी चंगी संगत विच बैठदा है। दो गल्लां, नाम तो संगत ही आएगा ना, नाल जुड़ेगा। भाई साहब कहिंदे काहू की संगत मिल जीवन मुक्त होत। एक संगत वह है जे मिल गई तो जीवन मुक्त हो जाएगा। एक संगत होए जिन्हों सत संगत कहिंदे आ। पर काहू की संगत मिल जमपुर जात है, एक संगत वह है जे ये संगत मिल गई तो वह जमा की पुरी वल लैके चली जाए। फर्क तो है ना, संगत नाम एक ही है। सच्चे पातशाह ने अज जड़े बोल कहे ने ना, आख्या वेखो किनिया रहमतां तन मन मौलिया, राम स्यों कदों संग साध सहेलड़ियां। जदों साध संगत रूपी सहेलियां दे नाल बैठी उदों तन भी मौलिया गया, उदों मन भी मौलिया गया, ते मौलिया राम नाल गया, किसी माया नाल किसी विकार दे नाल नहीं, उदों मौलिया गया, मन चा चढ़ गया, खुशी आ गई, आनंद आ गया इस मन के अंदर। असल विच जीव इस्त्रियां हुई शोभदियां ने जिन्हें अपना सब कुछ गुरु नूं पति नूं परमेश्वर नूं अर्पण कर दिता है, शोभदियां उन्हें। नहीं तो बाणी ने यह भी गल कह दी, पढ़ते आपां इहदे शुरुआत विच, जदों पातशाह ने आख्या कि हाँ किरत कर्म के विछुड़े कर कृपा मेलो, राम चार कुंट दह दिस भ्रमे थक आए प्रभ की साम। जदों आख्या धेन दुदै ते बाहरी कितै ना आवै काम, जल बिन साख कुम लावती उपजै नाही दाम। जे पति नहीं है, परमेश्वर नहीं, तो कुछ भी नहीं। उत्थे जाके भी बोल के भी बचन कहे, आख्या फिर सर्ब सिंगार तंबोल रस सुने। जे पति नहीं ना कोल, परमेश्वर वाहिगुरु नहीं कोल, वेखो शोभदियां वह हैं जिहड़ियां कोल बैठियां ने, जिन्हां दे कोल पति परमेश्वर है।
ਤੇ ਜਿਨ੍ਹਾਂ ਦੇ ਕੋਲ ਪਤੀ ਪਰਮੇਸ਼ਰ ਨਹੀਂ ਹੈ ਪਾਤਸ਼ਾਹ ਕਹਿੰਦੇ ਸ਼ੁਰੂਆਤ ਵਿੱਚ ਇਸੇ ਬਾਣੀ ਦੇ ਕਹਿੰਦੇ ਫਿਰ ਜਿੰਨੇ ਮਰਜ਼ੀ ਸ਼ਿੰਗਾਰ ਉਹ ਕਰ ਲੈਣ ਜਿੰਨੇ ਮਰਜ਼ੀ ਸ਼ਿੰਗਾਰ ਕਰ ਲੈਣ ਇਹ ਵੀ ਸਰਬ ਸ਼ਿੰਗਾਰ ਤੰਬੋਲ ਰਸ ਤੰਬੋਲ ਪਾਨਾਂ ਦੇ ਬੀੜੇ ਚਬਾਉਣੇ ਤੰਬੋਲ ਰਸ ਪਾਨ ਆਦਿ ਚਬਾਉਣਾ ਇਹ ਵੀ ਸ਼ਿੰਗਾਰ ਮੰਨਿਆ ਜਾਂਦਾ ਸੀ ਹੁਣ ਤਾਂ ਇਹਨੇ ਲੋਕਾਂ ਦੇ ਜ਼ਿੰਦਗੀ ਗਰਕ ਕਰਕੇ ਰੱਖ ਦਿੱਤੀ ਇਹਨੇ ਅਸਲ ਵਿੱਚ ਇਹ ਸ਼ਿੰਗਾਰ ਸੀ ਪਹਿਲਾਂ ਪਾਨ ਖਾਣਾ ਨਾ ਜਿਹੜੇ ਲਖਨਊ ਦੇ ਨਵਾਬ ਨੇ ਉਹ ਪਾਨ ਖਾਣ ਨੂੰ ਸ਼ਿੰਗਾਰ ਮੰਨਦੇ ਸਨ ਬੁੱਲ ਲਾਲ ਰਹਿਣੇ ਉਹਦੇ ਨਾਲ ਇਹਨੂੰ ਸ਼ਿੰਗਾਰ ਮੰਨਿਆ ਜਾਂਦਾ ਸੀ ਅੱਜ ਉਹਨੇ ਬੇੜਾ ਹੀ ਗਰਕ ਕਰਕੇ ਰੱਖ ਦਿੱਤਾ ਲੋਕਾਂ ਦਾ ਸਰਬ ਸ਼ਿੰਗਾਰ ਤੰਬੋਲ ਰਸ ਸਣ ਦੇ ਹੀ ਸਭ ਖਾਮ ਕਿਉਂ ਕਿਉਂਕਿ ਪਤੀ ਪਰਮੇਸ਼ਰ ਕੋਲ ਨਹੀਂ ਹੈ ਉੱਥੇ ਫਿਰ ਕੀਤੇ ਸਾਰੇ ਸ਼ਿੰਗਾਰ ਵੀ ਵਿਅਰਥ ਹਨ ਅਜਾਈ ਨੇ ਅਤੇ ਜੇ ਪਤੀ ਪਰਮੇਸ਼ਰ ਕੋਲ ਹੈ ਤਾਂ ਬਿਨਾਂ ਸ਼ਿੰਗਾਰਾਂ ਤੋਂ ਵੀ ਜੀਵ ਇਸਤਰੀ ਸ਼ੋਭਾ ਪਾ ਰਹੀ ਹੈ ਫਿਰ ਜੇ ਉਹ ਕੋਲ ਹੈ ਅਤੇ ਜੇ ਉਹ ਕੋਲ ਹੈ ਹੀ ਨਹੀਂ ਮੈਂ ਇਤਿਹਾਸ ਪੜ੍ਹ ਰਿਹਾ ਸੀ ਸੱਚਮੁੱਚ ਸਾਡਾ ਇਤਿਹਾਸ ਬੜਾ ਆਨੰਦ ਨਾਲ ਭਰਿਆ ਪਿਆ ਬੜੀਆਂ ਰਹਿਮਤਾਂ ਦੇ ਨਾਲ ਭਰਿਆ ਪਿਆ ਜਿਸ ਦਿਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਦਾਸੀਆਂ ਸ਼ੁਰੂ ਕੀਤੀਆਂ ਨਾ ਬਾਬੇ ਨਾਨਕ ਨੇ ਸਤਿਗੁਰਾਂ ਦਾ ਪੁਰਬ ਆ ਰਿਹਾ ਬੜਾ ਨਜ਼ਦੀਕ ਹੈ ਜਿਸ ਦਿਨ ਮੇਰੇ ਪਾਤਸ਼ਾਹ ਨੇ ਉਦਾਸੀਆਂ ਆਰੰਭ ਕੀਤੀਆਂ ਪਹਿਲਾਂ ਸੁਲਤਾਨਪੁਰ ਲੋਧੀ ਆਏ ਵਾਹਿਗੁਰੂ ਪਹਿਲਾਂ ਪਿੰਡ ਆਏ ਸਨ ਨਨਕਾਣਾ ਸਾਹਿਬ ਰਾਏ ਭੋਏ ਦੀ ਤਲਵੱਡੀ ਇੱਥੇ ਆ ਕੇ ਮੇਰੇ ਪਾਤਸ਼ਾਹ ਪਹਿਲਾਂ ਜਿਹੜੇ ਸਿੱਖ ਸਨ ਉਹਨਾਂ ਨੂੰ ਮਿਲੇ ਜਿਨ੍ਹਾਂ ਦੇ ਵਿੱਚ ਪੰਡਿਤ ਹਰਦਿਆਲ ਸੀ ਜਿਨ੍ਹਾਂ ਦੇ ਅੰਦਰ ਪਾਂਧਾ ਸੀ ਜਿਹਨੂੰ ਜਿਹਦੇ ਕੋਲ ਪੜ੍ਹਨ ਗਏ ਅਤੇ ਪੜ੍ਹਾ ਕੇ ਆ ਗਏ ਸਨ ਮੇਰੇ ਪਾਤਸ਼ਾਹ ਜਿਹਨੂੰ ਉਹਦੇ ਵਿੱਚ ਵੈਦ ਵੀ ਸੀ ਇਹਨਾਂ ਸਾਰਿਆਂ ਨੂੰ ਰਹਿਮਤਾਂ ਬਖਸ਼ਣ ਤੋਂ ਬਾਅਦ ਗੁਰੂ ਸਾਹਿਬ ਫਿਰ ਅੱਗੇ ਗਏ ਉੱਥੇ ਜਾ ਕੇ ਮੇਰੇ ਪਾਤਸ਼ਾਹ ਮਿਲੇ ਇਸ ਪਿੰਡ ਦੇ ਚੌਧਰੀ ਨੂੰ ਨਵਾਬ ਨੂੰ ਜਿਹੜਾ ਇੱਥੋਂ ਦੀ ਭੋਏ ਦਾ ਮਾਲਕ ਹੈ ਰਾਏ ਬੁਲਾਰ ਨੂੰ ਰਾਏ ਬੁਲਾਰ ਦਾ ਪਿਆਰ ਬੜਾ ਸੀ ਗੁਰੂ ਸਾਹਿਬ ਨਾਲ ਬੜਾ ਇੰਨਾ ਪਿਆਰ ਸ਼ਾਇਦ ਕਿਸੇ ਹੋਰ ਦਾ ਨਹੀਂ ਹੋਣਾ ਹਾਂ ਬੇਬੇ ਨਾਨਕੀ ਇੱਕ ਵੱਖਰੀ ਗੱਲ ਹੈ ਪਰ ਪਰਿਵਾਰ ਤੋਂ ਬਾਅਦ ਜਦੋਂ ਕਿਸੇ ਦੀ ਗੱਲ ਕਰਾਂਗੇ ਤਾਂ ਰਾਏ ਬੁਲਾਰ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ ਰਾਏ ਬੁਲਾਰ ਉਹ ਸ਼ਖਸ ਹੈ ਜਿਹਦੇ ਕੋਲ 1500 ਮੁਰੱਬਾ ਜ਼ਮੀਨ ਸੀ ਇੱਕ ਮੁਰੱਬੇ ਵਿੱਚ 25 ਏਕੜ 25 ਕਿੱਲੇ ਹੁੰਦੇ ਨੇ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ 1500 ਮਾਫ਼ੀ ਚਾਹੁੰਦਾ 1500 ਮੁਰੱਬਾ ਜ਼ਮੀਨ ਦਾ ਮਾਲਕ ਸੀ ਇਹ 1500 ਨੂੰ 25 ਨਾਲ ਗੁਣਾ ਕਰਕੇ ਵੇਖ ਲਿਓ ਸਮਝ ਆ ਜਾਏਗੀ ਕਿੰਨੇ ਏਕੜ ਬਣਦੇ ਨੇ ਅਤੇ ਇਹਨੇ ਆਪਣੇ ਜਿਉਂਦਿਆਂ ਹੀ 750 ਮੁਰੱਬਾ ਅੱਧੀ ਜ਼ਮੀਨ ਗੁਰੂ ਨਾਨਕ ਸਾਹਿਬ ਦੇ ਨਾਮ ਲਿਖ ਦਿੱਤੀ ਸੀ ਇਹਨੇ ਰਾਏ ਬੁਲਾਰ ਨੇ ਇੰਨਾ ਪਿਆਰ ਇੰਨੀ ਭਾਵਨਾ ਸੀ ਇਹਦੇ ਅੰਦਰ ਜਦੋਂ ਗੁਰੂ ਸਾਹਿਬ ਇਹਦੇ ਕੋਲ ਗਏ ਨਾ ਇਹਦੇ ਨਾਲ ਬਚਨ ਬਿਲਾਸ ਹੋਏ ਅਤੇ ਰਾਏ ਬੁਲਾਰ ਨੂੰ ਮੇਰੇ ਪਾਤਸ਼ਾਹ ਨੇ ਆਖਿਆ ਵੀ ਅਸੀਂ ਚੱਲੇ ਹਾਂ ਉਦਾਸੀਆਂ 'ਤੇ ਅਸੀਂ ਚੱਲੇ ਹਾਂ ਪ੍ਰਚਾਰ ਫੇਰੀਆਂ 'ਤੇ ਇਹ ਉਦੋਂ ਦੀ ਗੱਲ ਹੈ ਜਦੋਂ ਭਾਈ ਜਿਹਦੇ ਬਾਰੇ ਅਸੀਂ ਪੜ੍ਹਦੇ ਹਾਂ ਨਾ ਚੜ੍ਹਿਆ ਸੋਧਣ ਧਰਤ ਲੁਕਾਈ ਇਹ ਉਦੋਂ ਦੀ ਗੱਲ ਹੈ ਜਦੋਂ ਮੇਰੇ ਸੱਚੇ ਪਾਤਸ਼ਾਹ ਨੇ ਬੋਲ ਕਹੇ ਅਤੇ ਰਾਏ ਬੁਲਾਰ ਨੇ ਹੱਥ ਜੋੜ ਕੇ ਆਖਿਆ ਸੀ ਮੇਰੇ ਬਾਬਾ ਉਮਰ ਬੜੀ ਥੋੜ੍ਹੀ ਰਹਿ ਗਈ ਹੈ ਸਮਾਂ ਬੜਾ ਥੋੜ੍ਹਾ ਰਹਿ ਗਿਆ ਹੈ ਮੈਨੂੰ ਪਤਾ ਹੈ ਮੌਤ ਮੇਰੇ ਬੜੇ ਨੇੜੇ ਹੈ ਮੌਤ ਮੇਰੇ ਨਜ਼ਦੀਕ ਹੈ ਅਤੇ ਬਾਬਾ ਜੇ ਤੂੰ ਵੀ ਚਲਾ ਗਿਆ ਤਾਂ ਇਹਨਾਂ ਨੇਤਰਾਂ ਨੂੰ ਤੇਰੇ ਦੀਦਾਰ ਤੇਰੇ ਦਰਸ਼ਨ ਕਿਵੇਂ ਆਉਣਗੇ ਮੈਂ ਨਹੀਂ ਚਾਹੁੰਦਾ ਕਿ ਜਦੋਂ ਮੈਨੂੰ ਮੌਤ ਆਵੇ ਤਾਂ ਮੇਰਾ ਬਾਬਾ ਮੇਰਾ ਮੁਰਸ਼ਦ ਮੇਰੇ ਤੋਂ ਦੂਰ ਹੋਵੇ ਮੈਂ ਨਹੀਂ ਇਹ ਗੱਲ ਚਾਹੁੰਦਾ ਜੇ ਜਾਣਾ ਹੈ ਤਾਂ ਮੇਰੇ ਨਾਲ ਬਚਨ ਕਰਕੇ ਜਾ ਗੁਰੂ ਨਾਨਕ ਸਾਹਿਬ ਨੂੰ ਵੇਖੋ ਇਹ ਪਿਆਰ ਹੈ ਇਹ ਭਾਵਨਾ ਹੈ ਅਤੇ ਗੋਬਿੰਦ ਭਾਉ ਭਗਤ ਦਾ ਭੁੱਖਾ ਵੀ ਇਹ ਸਾਨੂੰ ਵੀ ਪਤਾ ਹੈ ਉਹ ਕਦੇ ਧਨ ਦੌਲਤ 'ਤੇ ਨਹੀਂ ਜੇ ਰੀਝਦਾ ਇੱਕ ਗੱਲ ਸਮਝ ਲਈ ਹੈ ਉਹ ਬਾਦਸ਼ਾਹਤਾਂ 'ਤੇ ਨਹੀਂ ਰੀਝਦਾ ਕਦੇ ਵੀ ਉਹ ਜਦੋਂ ਗੱਲ ਆਉਂਦੀ ਹੈ ਨਾ ਉਹ ਸਿੱਧਾ ਜਵਾਬ ਦਿੰਦਾ ਹੈ ਬਾਦਸ਼ਾਹ ਨੂੰ ਸਿੱਧਾ ਜਵਾਬ ਦਿੰਦਾ ਹੈ ਦੁਰਯੋਧਨ ਵਰਗੇ ਨੂੰ ਰਾਜਨ ਕੌਣ ਤੁਮਾਰਾ ਆਵੈ ਉਹਨੂੰ ਪਰਵਾਹ ਨਹੀਂ ਇਸ ਗੱਲ ਦੀ ਉਹ ਸਿੱਧਾ ਜਵਾਬ ਦਿੰਦਾ ਐਸੋ ਭਾਓ ਬਿਦਰ ਕੋ ਦੇਖਿਓ ਗਰੀਬ ਮੋਏ ਭਾਵੈ ਤੇਰੀ ਪਰਵਾਹ ਨਹੀਂ ਕਹਿੰਦੇ ਮੈਂ ਕਰਦਾ ਮੈਨੂੰ ਤਾਂ ਉਸ ਪ੍ਰੇਮ ਦਾ ਮੈਂ ਭੁੱਖਾਂ ਜਿਹੜਾ ਬਿਦਰ ਦੇ ਕੋਲ ਹੈ ਜਿਹੜਾ ਦਾਸ ਦੇ ਕੋਲ ਹੈ ਮੈਂ ਤਾਂ ਉਹਦਾ ਭੁੱਖਾਂ ਗੁਰੂ ਨਾਨਕ ਸਾਹਿਬ ਜਾਂ ਪਰਮਾਤਮਾ ਦੀ ਗੱਲ ਕਰੀਏ ਤਾਂ ਉਹ ਅੱਜ ਵਰਗੇ ਜਿਹੜੇ ਬਾਬੇ ਬਣੇ ਫਿਰਦੇ ਨੇ ਉਹਨਾਂ ਦੀ ਗੱਲ ਨਹੀਂ ਹੈ ਕਿ ਗਰੀਬ ਦੀ ਝੌਂਪੜੀ ਦੇ ਵੱਲ ਗਰੀਬ ਦੀ ਕੁੱਲੀ ਦੇ ਵੱਲ ਉਹ ਬਾਬੇ ਵੇਹਦੇ ਵੀ ਨਹੀਂ ਅਤੇ ਪੈਰ ਪਾਉਣੇ ਨੇ ਜਾ ਕੇ ਮਹਿਲਾਂ ਵਾਲਿਆਂ ਦੇ ਘਰ ਇਹ ਸੱਚਾਈ ਹੈ ਇਹ ਕੋਈ ਲੁਕਾਉਣ ਵਾਲੀਆਂ ਗੱਲਾਂ ਨਹੀਂ
ਕੋਈ ਸਾਧ ਇਹੋ ਜਿਹਾ ਵੇਖਿਆ ਜੀ ਜਿਹੜਾ ਕਿਸੇ ਗਰੀਬ ਦੇ ਘਰ ਵੜ ਕੇ ਰੋਟੀ ਖਾਂਦਾ ਹੋਵੇ, ਪ੍ਰਸ਼ਾਦਾ ਛਕਦਾ ਹੋਵੇ? ਅੱਜ ਤੱਕ ਦੱਸੋ ਵੇਖਿਆ ਕੋਈ? ਤੇ ਬਾਬੇ ਨਾਨਕ ਨੇ ਪਹਿਲਾ ਬੂਹਾ ਖੜਕਾਇਆ ਸੀ ਜਾ ਕੇ ਕਿਹਦਾ? ਭਾਈ ਲਾਲੋ ਦਾ। ਭਾਈ ਲਾਲੋ ਕਿਰਤੀ ਸਿੱਖ ਜਿਹਦੇ ਘਰ ਪ੍ਰਸ਼ਾਦਾ ਸ਼ਾਮ ਦਾ ਜੇ ਪੱਕ ਗਿਆ ਤੇ ਸਵੇਰ ਦਾ ਪਤਾ ਨਹੀਂ ਸੀ ਪੱਕਣਾ ਹੈ ਕਿ ਨਹੀਂ ਪੱਕਣਾ। ਉਹ ਪ੍ਰੇਮ ਦਾ ਭੁੱਖਾ ਹੈ। ਜਦੋਂ ਰਾਏ ਬੁਲਾਰ ਨੇ ਗੱਲ ਕਹੀ, ਸੱਚੇ ਪਾਤਸ਼ਾਹ ਮੈਂ ਨਹੀਂ ਚਾਹੁੰਦਾ ਕਿ ਹਾਂ ਮੇਰੇ ਅਖੀਰਲੇ ਸਾਹ ਆਉਣ, ਮੇਰੀਆਂ ਅੱਖਾਂ ਬੰਦ ਹੋਣ, ਮੈਨੂੰ ਮੌਤ ਆਵੇ ਤੇ ਮੇਰਾ ਮੁਰਸ਼ਦ ਮੇਰਾ ਬਾਬਾ ਮੇਰੇ ਕੋਲ ਨਾ ਹੋਵੇ, ਮੈਂ ਨਹੀਂ ਚਾਹੁੰਦਾ। ਸੱਚੇ ਪਾਤਸ਼ਾਹ ਨੇ ਆਖਿਆ ਸੀ, ਫਿਰ ਇੱਕ ਗੱਲ ਯਾਦ ਰੱਖੀ ਰਾਏ ਬੁਲਾਰ, ਇਹ ਗੱਲ ਸਮਝ ਲੈ, ਬਾਬੇ ਦਾ ਬਚਨ ਹੈ ਤੇਰੇ ਨਾਲ ਕਿ ਜਦੋਂ ਤੇਰੀ ਮੌਤ ਆਏਗੀ, ਅਖੀਰਲਾ ਸਮਾਂ ਆਏਗਾ, ਤੇਰੇ ਕੋਲ ਹੀ ਹੋਵਾਂਗੇ ਅਸੀਂ। ਗੁਰੂ ਨਾਨਕ ਸਾਹਿਬ ਕਹਿ ਕੇ ਚਲੇ ਗਏ। ਪਹਿਲੀ ਉਦਾਸੀ ਹੈ, ਇਹ ਉਹ ਸਮਾਂ ਹੈ ਜਦੋਂ ਸ਼੍ਰੀ ਲੰਕਾ ਤੱਕ ਗਏ ਨੇ ਪੈਦਲ ਗੁਰੂ ਨਾਨਕ ਸਾਹਿਬ। ਸ਼੍ਰੀ ਲੰਕਾ ਤੱਕ ਪੈਦਲ ਗਏ ਅਤੇ ਪੈਦਲ ਸ਼੍ਰੀ ਲੰਕਾ ਤੋਂ ਵਾਪਸ ਆਏ। ਪੈਦਲ ਗਏ ਅਤੇ ਪੈਦਲ ਆਏ ਵਾਪਸ। ਹੁਣ ਪੈਦਲ ਦਾ ਭਾਵ ਇਹ ਨਹੀਂ ਹੈ ਕਿ ਜੇ ਕਿਤੇ ਗੱਡਾ ਮਿਲ ਗਿਆ ਕਿਸੇ ਨੇ ਪਿਆਰ ਨਾਲ ਆਖਿਆ ਬਹਿ ਜਾ ਤੇ ਨਹੀਂ ਹੈ ਬਾਬਾ ਸਾਡਾ ਤਾਂ ਪੈਦਲ ਹੀ ਗਿਆ ਸੀ, ਉਹ ਤਾਂ ਗੱਡੇ ਤੋਂ ਪਾਸੇ ਹੋ ਗਿਆ ਸੀ, ਇਹ ਗੱਲ ਨਹੀਂ ਹੁੰਦੀ। ਜੇ ਹੁਣ ਪੈਦਲ ਦੀ ਗੱਲ ਹੈ ਤਾਂ ਸਮੁੰਦਰ ਦੇ ਵਿੱਚ ਤਾਂ ਪਾਤਸ਼ਾਹ ਬੇੜਿਆਂ 'ਤੇ ਹੀ ਰਹੇ ਨੇ, ਸਮੁੰਦਰੀ ਜਹਾਜ਼ਾਂ ਦੇ ਵਿੱਚ ਹੀ ਰਹੇ ਨੇ। ਉਹ ਅਸੀਂ ਵੀ ਕਈ ਵਾਰ ਨਾ ਥੋੜ੍ਹੀ ਜਿਹੀ ਜ਼ਿਆਦਾ ਭੁੱਲ ਜਾਂਦੇ ਹਾਂ ਅਤੇ ਕਹਿੰਦੇ ਬਾਪੂ ਸਾਡਾ ਤਾਂ ਪੈਦਲ ਹੀ ਤੁਰਦਾ ਰਿਹਾ। ਸ਼੍ਰੀ ਲੰਕਾ ਤੱਕ ਮੇਰੇ ਪਾਤਸ਼ਾਹ ਗਏ, ਸ਼੍ਰੀ ਲੰਕਾ ਤੋਂ ਵਾਪਸ ਆਉਣਾ ਹੈ ਮੁੜ ਕੇ। ਇੱਧਰ ਡਾਕਟਰ ਭਾਈ ਵੀਰ ਸਿੰਘ ਨੇ ਬੜੇ ਕਮਾਲ ਦੇ ਬਚਨ ਗੁਰੂ ਨਾਨਕ ਚਮਤਕਾਰ ਵਿੱਚ ਲਿਖੇ ਨੇ। ਕਹਿੰਦੇ ਇੱਕ ਦਿਨ ਇੱਕ ਬਜ਼ੁਰਗ ਇਨਸਾਨ, ਚਿੱਟਾ ਦਾੜਾ, ਭਰਵੱਟੇ ਵੀ ਚਿੱਟੇ, ਕੇਸ ਵੀ ਚਿੱਟੇ ਹੋਏ ਪੈਣੇ, ਸਿਰ 'ਤੇ ਦਸਤਾਰ ਬੰਨ੍ਹੀ, ਹੱਥ ਵਿੱਚ ਡੰਡਾ ਫੜਿਆ, ਡਾਂਗ ਫੜੀ ਜਿਵੇਂ ਬਜ਼ੁਰਗ ਪਿੰਡਾਂ ਵਿੱਚ ਫੜ ਕੇ ਚੱਲਦੇ ਨੇ, ਅੱਜ 'ਤੇ ਖੂੰਡੀਆਂ ਆ ਗਈਆਂ, ਪਹਿਲਾਂ ਖੂੰਡੀਆਂ ਨਹੀਂ ਸਨ, ਡਾਂਗ ਹੁੰਦੀ ਸੀ। ਕਹਿੰਦੇ ਬੰਦਾ ਡਾਂਗ ਫੜ ਕੇ ਚੱਲ ਰਿਹਾ ਹੈ, ਇਹਦੇ ਮਨ ਦੇ ਅੰਦਰ ਕੋਈ ਸੋਚਾਂ, ਚਿਹਰੇ 'ਤੇ ਉਦਾਸੀ, ਮਨ ਦੇ ਅੰਦਰ ਕੋਈ ਬੜੀ ਡੂੰਘੀ ਸੋਚ, ਬਾਹਰ ਖੇਤਾਂ ਦੇ ਵਿੱਚ ਖੜ੍ਹਾ ਹੈ ਆਪਣੇ ਖੂਹ ਦੇ ਕੋਲ। ਹਲਕੀ ਹਲਕੀ ਕਹਿੰਦੇ ਧੁੰਦ ਪਈ ਹੈ, ਕੱਚੇ ਰਸਤੇ 'ਤੇ ਕਦੇ ਅੱਗੇ ਨੂੰ ਚੱਲਦਾ ਹੈ, ਕਾਫ਼ੀ ਦੂਰ ਤੱਕ ਚੱਲ ਕੇ ਫਿਰ ਵਾਪਸ ਮੁੜ ਕੇ ਆਉਂਦਾ ਹੈ ਇਹ ਬਜ਼ੁਰਗ। ਅਤੇ ਨਾਲ ਨਾਲ ਇਹ ਬੋਲ ਵੀ ਕਹਿੰਦਾ ਹੈ, ਬਾਬਾ ਤੂੰ ਕਹਿ ਕੇ ਗਿਆ ਸੈਂ ਕਿ ਜਦੋਂ ਤੇਰੀ ਮੌਤ ਆਏਗੀ ਮੈਂ ਮੁੜ ਕੇ ਆਵਾਂਗਾ, ਅੱਜ ਮੌਤ 'ਤੇ ਆਉਣ ਵਾਲੀ ਹੈ ਪਰ ਤੂੰ ਮੁੜ ਕੇ ਨਹੀਂ ਆ ਰਿਹਾ, ਅਤੇ ਤੇਰੇ ਤੋਂ ਬਿਨਾਂ ਮੈਂ ਸ਼ੋਭਦਾ ਨਹੀਂ ਹਾਂ। ਜੇ ਤੂੰ ਮੇਰੇ ਕੋਲ ਨਹੀਂ ਹੈ ਨਾ, ਜੇ ਤੂੰ ਨਹੀਂ ਹੈ ਮੇਰੇ ਕੋਲ ਤਾਂ ਮੈਂ ਸ਼ੋਭਦਾ ਨਹੀਂ ਹਾਂ। ਮੇਰੇ ਬਾਬਾ ਮੇਰੇ ਮਨ ਦੀ ਉਦਾਸੀ ਦੂਰ ਕਰ, ਜੇ ਤੂੰ ਹੈ ਤਾਂ ਰਾਏ ਬੁਲਾਰ ਹੈ, ਜੇ ਤੂੰ ਨਹੀਂ ਹੈ ਤਾਂ ਰਾਏ ਬੁਲਾਰ ਵੀ ਕੱਖ ਨਹੀਂ ਹੈ, ਜੇ ਤੂੰ ਨਹੀਂ ਹੈ ਤਾਂ ਰਾਏ ਬੁਲਾਰ ਵੀ ਕੱਖ ਨਹੀਂ। ਇਹ ਹੈਰਾਨੀ ਹੁੰਦੀ, ਵੇਖੋ ਪਿਆਰ ਕਿੰਨਾ ਹੈ ਗੁਰੂ ਦੇ ਨਾਲ, ਕਿੰਨਾ ਪ੍ਰੇਮ ਹੈ ਗੁਰੂ ਦੇ ਨਾਲ, ਭਾਵਨਾ ਕਿੰਨੀ ਮਨ ਦੇ ਅੰਦਰ। ਸੱਚੇ ਪਾਤਸ਼ਾਹ ਜੇ ਤੂੰ ਹੈ ਤਾਂ ਮੈਂ ਸ਼ੋਭਦਾ, ਜੇ ਤੂੰ ਮੇਰੇ ਕੋਲ ਹੈ ਤਾਂ ਮੈਂ ਚੰਗਾ ਲੱਗਦਾ, ਜੇ ਤੂੰ ਮੇਰੇ ਤੋਂ ਦੂਰ ਹੈ ਤਾਂ ਮੈਂ ਚੰਗਾ ਕਿਵੇਂ ਲੱਗਾਂਗਾ। ਅੱਜ ਵੀ ਇਹੀ ਗੱਲ ਹੈ। ਇੱਥੇ ਬਾਣੀ ਵਿੱਚ ਪਾਤਸ਼ਾਹ ਨੇ ਆਖਿਆ, ਮੰਗਰ ਮਾਹੇ ਸੁਹੰਦੀਆਂ ਹਰ ਫਿਰ ਸੰਗ ਬੈਠੜੀਆਂ। ਕਹਿੰਦੇ ਕਾਫ਼ੀ ਦੇਰ ਇਸੇ ਤਰ੍ਹਾਂ ਉਦਾਸੀ ਬੜੀ ਆ ਗਈ ਕਿ ਮੌਤ 'ਤੇ ਆ ਗਈ ਪਰ ਬਾਬਾ ਨਹੀਂ ਆਇਆ, ਉਦਾਸੀ ਬੜੀ। ਡਾਕਟਰ ਭਾਈ ਵੀਰ ਸਿੰਘ ਨੇ ਲਿਖਿਆ, ਕਹਿੰਦੇ ਇੰਨੀ ਦੇਰ ਨੂੰ ਨਾ ਉਸ ਧੁੰਦ ਦੇ ਵਿੱਚੋਂ ਦੋ ਪਰਛਾਵੇਂ ਜੇ ਦਿਸੇ। ਜਦੋਂ ਦੋ ਪਰਛਾਵੇਂ ਨੂੰ ਦਿਸੇ, ਨਿਗਾਹ ਵੀ ਕਮਜ਼ੋਰ ਹੈ, ਝੌਲਾ ਝੌਲਾ ਜਿਹਾ ਪੈ ਰਿਹਾ ਹੈ, ਦੋ ਪਰਛਾਵੇਂ ਦਿਸੇ ਤਾਂ ਦੋ ਦਾ ਕੀ ਅਰਥ? ਮਨ 'ਚ ਖੁਸ਼ੀ ਆਈ ਕਿ ਦੋ, ਇੱਕ ਬਾਬਾ ਨਾਨਕ ਅਤੇ ਇੱਕ ਮਰਦਾਨਾ, ਇਹ ਉਹੀ ਹੋਣਗੇ, ਕੋਈ ਹੋਰ ਨਹੀਂ ਹੋਣਾ। ਵੇਖੋ ਹਰ ਪਾਸੇ ਬਾਬਾ ਹੀ ਦਿਸਦਾ ਹੈ। ਕਹਿੰਦੇ ਪੈਰ ਬੜੀ ਤੇਜ਼ੀ ਨਾਲ ਚੱਲਣ ਲੱਗ ਪਏ ਰਾਏ ਬੁਲਾਰ ਦੇ ਉਸ ਪਾਸੇ, ਬੜੀ ਸਪੀਡ ਨਾਲ ਰਫਤਾਰ ਨਾਲ ਚੱਲ ਰਿਹਾ। ਅੱਗੇ ਗਿਆ, ਵੇਖਿਆ ਸੱਚਮੁੱਚ ਬਾਬਾ ਨਾਨਕ ਹੀ ਆ, ਜਿਹੜਾ ਡੰਡਾ ਹੱਥ ਵਿੱਚ ਫੜਿਆ ਸੀ ਉਹ ਡਿੱਗ ਪਿਆ, ਸਿਰ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਤੇ ਰੱਖਤਾ, ਡੰਡਾਉਤ ਕੀਤੀ, ਇਹਨੇ ਲੰਮਾ ਪੈ ਗਿਆ ਉਸ ਰਸਤੇ ਦੇ ਉੱਪਰ, ਮਿੱਟੀ ਜਿੱਥੇ ਪਏ ਲੰਮਾ ਪੈ ਗਿਆ ਰਾਏ ਬੁਲਾਰ, ਡੰਡਾਉਤ ਕਰਦਾ ਪਿਆ ਹੈ, ਸਿਰ ਬਾਬੇ ਨਾਨਕ ਦੇ ਚਰਨਾਂ 'ਤੇ ਰੱਖ ਦਿੱਤਾ ਹੈ। ਮੇਰੇ ਪਾਤਸ਼ਾਹ ਨੇ ਮੋਢੇ ਤੋਂ ਫੜਿਆ, ਉੱਪਰ ਚੱਕਿਆ, ਗਲ ਨਾਲ ਲਾ ਲਿਆ, ਕਹਿੰਦੇ ਰਾਏ ਬੁਲਾਰ ਕੀ ਗੱਲ? ਅਤੇ ਰਾਏ ਬੁਲਾਰ ਅੱਗੋਂ ਹੱਥ ਜੋੜ ਕੇ ਕਹਿੰਦਾ, ਸੱਚੇ ਪਾਤਸ਼ਾਹ ਮੈਂ ਤਾਂ ਸੋਚਿਆ ਸੀ ਮੌਤ ਪਹਿਲਾਂ ਆ ਜਾਏਗੀ ਅਤੇ ਬਾਬਾ ਸ਼ਾਇਦ ਪਹਿਲਾਂ ਨਹੀਂ ਆਏਗਾ, ਮੌਤ ਤੋਂ ਪਹਿਲਾਂ ਨਹੀਂ ਆਏਗਾ। ਅਤੇ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ, ਰਾਏ ਬੁਲਾਰ ਤੇਰੇ ਨਾਲ ਬਚਨ ਕਰਕੇ ਗਏ ਸਾਂ ਕਿ ਮੌਤ ਤੋਂ ਪਹਿਲਾਂ ਤੇਰੇ ਕੋਲ ਆਵਾਂਗੇ, ਮੌਤ ਸਾਡੇ ਤੋਂ ਪਹਿਲਾਂ ਤੇਰੇ ਕੋਲ ਨਹੀਂ ਆ ਸਕਦੀ। ਉੱਥੇ ਗਏ, ਇੱਕ ਤਖ਼ਤ
खूह के उपर तख्त पिया है जिदे उपर राय बुलार बैठता सी, एक दो सेवादार भी कोल ने। मेरे बादशाह उस तख्त ते बैठ गए, राय बुलार लम्मा पा दिया, लम्मा पै गया, उन्हें अपना सिर गुरु साहब की गोद में रख लिया। इन्ने चिर नूं पिंड विच रौला पै गया भी नानक आया, नानक आया, नानक आ गया, रौला पै गया पिंड विच, सारा पिंड भी आ गया। मैं संखेप विच बेनती करा क्योंकि समा गुजरता जा रहा है। हैरानी हुंदी सी इतिहास नूं पढ़ के, सचमुच शोभा पा रहा है ना राय बुलार जिहदा सिर गुरु नानक साहब की गोद विच पिया है। इस तों वड्डी शोभा की हो सकती, इस तों वड्डी वड्याई की हो सकती किसी वास्ते कि मौत, वेखो ये वड्याइयां जां राय बुलार नूं मिलियां ने ते जां बाबा बुढ़ा साहब नूं मिलियां ने। राय बुलार दा सिर गुरु नानक साहब की गोद विच ते बाबा बुढ़ा साहब जी का सिर गुरु हरगोबिंद साहब की गोद विच पिया सी अखीरले समय ते जदों स्वास त्यागन लगे ने। इदों वड्डी शोभा की हो सकती, वड्याई की हो सकती जदों गुरु का संघ, जदों अपने प्यारे का संघ मिल गया, साथ मिल गया। कहिंदे राय बुलार ने गुरु नानक साहब की गोद विच अपने प्राण त्यागे, अपने सवास ते दो इंसान ने जिन्हां दियां अंतम रस्मां गुरु नानक साहब ने अपने हत्थी कीतियां। दो इंसान, पहला सी राय बुलार ते दूजा भाई मरदाना। राय बुलार नूं मेरे सच्चे पातशाह ने आप अपने हत्थी दफनाया सी। आप वो कबर अज भी मौजूद है राय बुलार दी, उपर पहाड़ छोटा जिहा बनिया, टिब्बा बनिया उहदे उपर है ननकाणा साहिब। देखो शोभा क्यों ना पाएगा वो सिख जिन्हों गुरु के नाल बैठन का समा मिल गया, जिन्हों गुरु के कोल बैठन का समा मिल गया। अज असी भी शोभा पा रहे हैं, असी गुरु के नाल बैठे हैं, जुड़ के बैठे हैं। तो अज के महीने के अंदर भी गुरु अर्जुन साहब ने यही बोल कहे, मंगिर माहे सोहंदियाँ केड़ियाँ जीव इस्त्रियाँ हर पिर संग बैठड़ियाँ, जड़ियाँ पिर नाल बह गई वाहेगुरु नाल पति नाल बैठ गई। फिर उन्हां बारे आख्या, तिन की शोभा क्या गणी, उन्हां दी शोभा दी की गिनती मिणती होएगी, किन्हां दी शोभा दी। पातशाह कहिंदे जिन्हां नूं जे साहिब मेलड़ियाँ, जिन्हां नूं साहिब ने आप अपने नाल मेल लिया। तन मन मौलिया राम से, उन्हां दा तन ते मन राम संघ मौलिया गया। तो मौलिया कदों गया, जदों संघ साध सहेलड़ियाँ, जदों वो साध संगत रूपी सहेलियाँ दे विच आ के बैठ गई, उदों तन भी मौलिया गया ते मन भी मौलिया गया। फिर बादशाह कहिंदे साध जना ते बाहरी, जिन्हां नूं साध संगत नहीं मिली, जिन्हां नूं गुरु नहीं मिलिया, जिहड़े जिन्हां ने मूँह मोड़ लिया, मूँह दूजे पासे कर लिया, साध जना से ते बाहरी कहिंदे से रहन अकेलड़ियाँ, वह कल्लियां ही रह जांदियां ने। फिर कल्लियां ही, उन्हां दे नाल नहीं कोई जांदा। जीवन विच ते असीं जिंदगी विच ते समझदे हां परिवार नाल है, सारे कोई नाल ने, असीं यही समझदे हां ना, पर असल विच नाल कोई भी नहीं जांदा। ये माया का प्रभाव है साढ़े उपर, जो वहम बन के साडे अंदरों पैदा होंदा है कि आह भी रिश्तेदार साडे नाल है, फलाना भी नाल है, आह भी नाल है, पर नाल कोई नहीं जिंदा। इत्थे आए भी कल्ले आ ते जाना भी कल्ले पएगा, पर जदों गुरु का संग किया फिर आए भावें कल्ले आ, गुरु जान कल्ला नहीं जे दिंदा, फिर गुरु कल्ले नहीं जान दिंदा। पर जिन्हां ने मूँह मोड़ लिया, जिन्हां ने मूँह दूजे पासे कर लिया, पातशाह कहिंदे साध जना ते बाहरी से रहन अकेलड़ियाँ, वह कलियाँ आईया, कलियाँ ही गई बस। फिर तीन दुख ना कबहू उतर है, उन्होंने अंदरला जोड़ा दुख है वह कदे उतरदा नहीं, वह कदे खत्म नहीं हुंदा। तीन दुख ना कबहू उतर है नाल मेरे पातशाह कहिंदे फिर वह जिहड़ियां जीव इस्त्रियां ने से जम कै वस पड़ियाँ, वो जमा तो छुटकारा नहीं हुंदा, वो जमा दे वस पै जांदियां ने, जिहड़ियां कल्लियां रहिंदियां ने, जिहड़ियां ना ते नाल आ के बैठदियां ने, ना संग करदियां ने, वह एक कल्लियां रह जांदियां ने। ते दूजी गल मेरे पातशाह ने की, वो जम दे वस पैंदियां ने, आ के छुटकारा नहीं हुंदा उहनां दा। जिन्नी रावया प्रभ अपना, जिन्हां ने सिमरिया अपने प्रभु नूं, जिन्हां ने उहनूं याद कीता, पातशाह कहिंदे वो जीव इस्त्रियां जिहड़ियां ने से दिसन नित खड़ियां, वह हमेशा गुरु दे नाल खड़ियां ही दिसदियां ने, गुरु उन्हां दे नाल खड़ा नज़र आउंदा है हमेशा। रतन जवेहर लाल हर कंठ तिना जड़ियां,
रतन जवेहर लाल हर कंठ कहिंदे ने गले नूं मानो उन्हां दे गले विच रतन जवेहर कंठ जड़े ने शोभा पा रहियां ने उन्हां दा शिंगार मानो पूरा हो गया क्योंकि जे पति कोल है तो शिंगार पूरा है जो ही कोल नहीं तो फिर जिन्ना मर्जी शिंगार कर लो वो अधूरा ही है। पातशाह कहिंदे रतन जवेहर लाल हर कंठ तिना जड़ियां नानक बांछै धूड़ तिन किन्नी वड्डी गल गुरु साहब ने कह दी। कहिंदे मैं भी उन्हां दे चरणां दी धूड़ मंगदा हाँ गुरु साहब कहिंदे मैं भी उन्हां दे चरणां दी धूड़ मंगदा किन्हां दे चरणां दी धूड़ प्रभ सरणी दर पड़ियां जिहड़ियां उस परमात्मा दे दर ते पै गईयां ढै ढेरी हो गईयां उहदी शरण विच आ गईयां जिहड़ियां कहिंदियां तेरे तो बिना साडा कोई होर है ही नहीं। पातशाह कहिंदे मैं भी इहो जिहियां जीव इस्त्रियां दे चरणां दी धूड़ मंगदा हाँ चरणां दी धूड़। अखीरली पंक्ति विच सच्चे पातशाह ने आख्या मंगिर प्रभ आराधना मगर दे महीने दे अंदर प्रभु नू आराधना बंदगी करनी नाम जपना सिमरना ते फिर उहदे विच की मिलदा इहदे नाल जे मगर दे महीने विच करदे आ ते की मिलदा है। बड़ी रहमत कीती कहिंदे बाहुड़ ना जन्मड़ियां फिर दोबारा जन्म नहीं मिलदा उहनां नू दोबारा जमना नहीं पैंदा ते जमना मरना खत्म हो गया। इहदा अर्थ बड़ा सीधा ते स्पष्ट है भी उहनां दा मिलाप जिहड़ा है ना वह परमात्मा दे नाल हो जांदा एक मिक हो जांदियां ने जीव इस्त्रियां बाहुड़ ना जन्मड़ियां जन्म मरण के गेड़ तो बाहर निकल जांदियां ने उस परमात्मा दे नाल जिहड़ियां बैठ गईयां वह शोभा पाउंदियां ने जिहड़ियां शोभा पाउंदियां ने उहदे नाल एक मिक हो जांदियां ने जिहड़ियां एक मिक हो जांदियां उहनां दा तन मन मौलिया जांदा है आनंद खुशी खेड़े विच आ जांदा है ते फिर वह कदे जम दे वस नहीं पड़ पैंदियां कौन जिहड़ियां मगर दे महीने दे अंदर इस उपदेश नूं मन्नदियां हन। सतगुरु रहमत करन ये अज दे मगर दे महीने दा उपदेश है ते मैं बेनती करदा हुंना करके समाप्ति करा। मैं कहना हुंना कि जिहड़ा बारह माह है ना अपना पहले महीने नूं जीवन समझ लो जन्म समझ लो अखीरले महीने नूं मौत समझ लो तो जो गुरु साहब ने आख्या है पहले महीने तो अखीरले महीने तक वो करते जाओ बारह माह के अंदर जो क्या है वह करते जाओ तो अखीर तक मौत तक जांदिया फिर उहदे नाल मिलाप हो जाएगा। सो इन्हां को बेनतियां प्रवान गुर शब्द गुर इतिहास की विचार करदिया हुई बेअंत भुलां की खिमा करो गुरफतेह की साज वाहेगुरु जी का खालसा वाहेगुरु जी की फतेह।